ਆ ਸਾਹਿਬ ਇਹ ਵੀ ਚਮਨ ਦੀ ਧੀ ਆ ਸਾਡੀ, ਹੋਮ ਬਰੀਡ ਆ, ਤੇ ਮਾਸ਼ਾਅੱਲਾ ਇਸ ਟਾਈਮ ਇਹ ਪ੍ਰੈਗਨੈਂਟ ਆ ਇਹ ਵੀ 3 ਮਹੀਨੇ ਦੀ, ਡਾਕਟਰ ਸਾਹਿਬ ਤੋਂ ਚੈੱਕ ਆ ਕਨਫਰਮ ਆ, ਤੇ ਬੜਾ ਅੱਛਾ ਮਿਲਕ ਰਿਕਾਰਡ ਆ ਇਹਦਾ ਵੀ, ਇਹ ਵੀ ਤਕਰੀਬਨ 13-14 ਲੀਟਰ ਕਰਦੀ ਆ, ਤੇ ਇਸ ਟਾਈਮ ਇਹ ਚੁਆਈ ਹੋਈ ਆ। ਇਹ ਸਾਰੀਆਂ ਜਿੰਨੀਆਂ ਵੀ ਸਾਡੀਆਂ ਇਹ ਚਮਨ ਬਲੱਡ ਦੇ ਵਿੱਚ ਆ, ਇਹ ਸਾਰੀਆਂ ਥਣ ਚੱਡੇ ਦੀਆਂ ਮਜ਼ਬੂਤ ਆ, ਪੱਕਾ ਚੱਡਾ, ਕਿ ਸ਼ੋ ਨਹੀਂ ਕਰਦੀਆਂ ਦੁੱਧ ਕਿੰਨਾ। ਕਮਲੀ ਝੋਟੀ ਸਾਡੀ ਕਰਦੀ ਹੋਮ ਬਰੀਡ ਆ, ਇਹ ਆਪਣਾ ਗੌਰੀ ਝੋਟੇ ਦੀ ਆ, ਤੇ ਇਹ ਆਪਣਾ ਇਸ ਟਾਈਮ ਪ੍ਰੈਗਨੈਂਟ ਆ 6 ਮਹੀਨੇ ਦੀ, ਇਹਦਾ ਵੀ ਬੜਾ ਅੱਛਾ ਮਿਲਕ ਰਿਕਾਰਡ ਆ। ਇਹ ਤਕਰੀਬਨ ਇਸ ਟਾਈਮ 5 ਕੁ ਮਹੀਨੇ ਦੀ ਪ੍ਰੈਗਨੈਂਟ ਆ ਜੀ, ਤੇ ਇਸ ਟਾਈਮ ਵੀ ਇਹਦੇ ਕੋਲ ਦੁੱਧ ਹੈ 10-11 ਲੀਟਰ, 2 ਟਾਈਮ ਮਿਲਦੀ ਆ। ਆਪ ਸਾਹਿਬ ਇਹ ਵੱਛਾ ਜੀ, ਤੇ ਇਹ ਆਪਣਾ ਮਾਸ਼ਾਅੱਲਾ ਇਹ ਖਿਦਮਤ ਕਰਦਾ ਜੀ, ਸਾਰੇ ਮਾਲ ਦੀ ਪੱਠੇ ਇਹ ਲੈ ਕੇ ਆਉਂਦਾ, ਸਾਰੇ ਮਾਲ ਦੇ ਜਿੱਧਰੋਂ ਵੀ ਆਉਣੇ ਹੋਣ, ਨਜ਼ਦੀਕ ਤੋਂ ਹੋਣ, ਦੂਰ ਤੋਂ ਹੋਣ, ਤੇ ਇਹਨੂੰ ਆਪਣਾ ਕੋਈ ਮਸਲਾ ਨਹੀਂ, ਕੋਈ ਪ੍ਰੋਬਲਮ ਨਹੀਂ, ਜਿਤਨੇ ਵੀ ਪੱਠੇ ਹੋਣ ਜਾਨਵਰਾਂ ਦੇ। ਮਾਸ਼ਾਅੱਲਾ ਜਾਨਵਰ ਜ਼ਿਆਦਾ ਹੋਣ ਤਾਂ ਫਿਰ ਪੱਠੇ ਵੀ ਜ਼ਿਆਦਾ ਆਉਂਦੇ ਆ, ਤੇ ਹਿੰਮਤ ਵਾਲੇ ਜਾਨਵਰ ਦਾ ਹੀ ਕੰਮ ਆ ਜੀ ਲੈ ਕੇ ਆਉਣਾ, ਤੇ ਅਸੀਂ ਸ਼ੌਕ ਨਾਲ ਰੱਖਿਆ ਜੀ ਇਹ ਜਾਨਵਰਾਂ ਦੀ ਖਿਦਮਤ ਲਈ। ਹਾਂਜੀ ਆਪ ਸਾਹਿਬ ਇਹ ਆਪਣਾ ਦੋਂਦੀ ਝੋਟੀ ਹੈ ਜੀ, ਆ ਦੋਂਦ ਦਾਂਦੇ ਨੇ ਤਕਰੀਬਨ ਕੋਈ 10-15 ਦਿਨ ਹੋਏ ਪਹਿਲੇ ਸਿੱਟੇ ਆ, ਤੇ ਇਹ ਆਪਣਾ ਸਨਪਾਲਾਂ ਵਾਲੇ ਰੱਤੇ ਸਾਹਨ ਦੀ ਆ, ਤੇ ਇਹ ਗੱਭਣ ਆ ਜੀ 4 ਮਹੀਨਿਆਂ ਦੀ, ਕਨਫਰਮ ਚੈੱਕ ਹੋਈ ਆ ਡਾਕਟਰ ਸਾਹਿਬ ਤੋਂ। ਮਾਝ ਨੀਲੋ ਦੀ ਹੈ ਜੀ। ਹਾਂਜੀ ਇਨਸ਼ਾਅੱਲਾ 4 ਦੰਦ ਕੈਟਾਗਰੀ ਜੇ ਸ਼ੌਕ ਕਰਵਾਏਗੀ। ਹਾਂਜੀ ਹਾਂਜੀ ਬਿਲਕੁਲ ਨਜ਼ਦੀਕ ਤੋਂ ਸਿੰਘ ਜਿਹੜੇ ਆਪਣਾ ਨੇ ਮੁੜੇ ਆ, ਰੰਗ ਕੈਲਾ, ਹਾਂਜੀ ਜਿਹੜਾ ਪਸੰਦ ਕੀਤਾ ਜਾਂਦਾ। ਹਾਂਜੀ ਹਾਂਜੀ ਬੰਨੋ ਜੀ ਬੰਨੋ ਆਪਣਾ ਆਪ ਸਾਹਿਬ ਇਹ ਗੁਲਾਬ ਬੜੀ ਜਿਹੜੀ ਸਾਡੀ ਮੱਝ ਆ, ਉਹਦੀ ਛੋਟੀ ਗੁਲਾਬ ਆ ਧੀ ਆ, ਤੇ ਇਹ ਮਾਸ਼ਾਅੱਲਾ 4 ਮਹੀਨੇ ਦੀ ਪ੍ਰੈਗਨੈਂਟ ਆ। ਇਹ ਆਪਣਾ ਰਾਣਾ ਅਸਲ ਸਾਹਿਬ ਮਰਹੂਮ, ਉਹਨਾਂ ਦੇ ਝੋਟੇ ਦੀ ਇਹ ਧੀ ਆ। ਅਸਲ ਅਗਰ ਤੁਸੀਂ ਪੁੱਛੋ ਤੇ ਰਾਣਾ ਸਾਹਿਬ ਵੀ ਸਾਨੂੰ ਸ਼ੌਕ ਪਾਉਣ ਵਾਲੇ, ਰਾਣਾ ਅਸਲ ਸਾਹਿਬ ਸਾਡੇ ਬੜੇ ਅੱਛੇ ਦੋਸਤ ਸੀਗੇ, ਜਦੋਂ ਅਸੀਂ ਸਟਾਰਟ ਕੀਤੀ ਫਾਰਮਿੰਗ ਉਦੋਂ ਹਯਾਤ ਸੀਗੇ, ਬਸ ਜਲਦੀ ਬਸ ਅੱਲਾਹ ਤਾਲਾ ਨੂੰ ਪਿਆਰੇ ਹੋ ਗਏ। ਹਾਂਜੀ ਅੱਲਾਹ ਪਾਕ ਉਹਨਾਂ ਨੂੰ ਜੀ ਜੰਨਤੁਲ ਫਿਰਦੌਸ ਜਗ੍ਹਾ ਦੇਣ, ਕਿ ਇਹ ਜੀ ਉਹਨਾਂ ਨੇ ਸਾਨੂੰ ਕਾਫੀ ਹੱਦ ਤੱਕ ਸ਼ੌਕ ਪਾਇਆ ਬਰੀਡਿੰਗ ਲਈ। ਜੀ ਜੀ ਆਪ ਸਾਹਿਬ ਇਹ ਉਹਨਾਂ ਦੇ ਝੋਟੇ ਦੀ ਆ, ਰਾਣਾ ਆਸਿਫ ਸਾਹਿਬ ਦੇ ਘਰ ਦੇ ਮਸਤੋ ਮਾਝ। ਹਾਂਜੀ ਜੀ 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 ਬਿਲਕੁਲ ਬਿਲਕੁਲ ਆਪ ਸਾਹਿਬ ਇਹ ਆਪਣਾ ਗੁਲਾਬ ਮਾਝ ਦਾ ਕੱਟਾ ਜੀ, ਪਾਸ਼ਾ ਨਾਮ ਇਹਦਾ ਰੱਖਿਆ ਹੋਇਆ, ਤੇ ਇਹ ਆਉਣ ਵਾਲਾ ਫਿਊਚਰ ਬਰੀਡਰ ਆਪਣਾ, ਤੇ ਡੋਗਰ ਬਲੱਡ ਲਾਈਨ ਆ ਇਹ। ਜੀ ਜੀ ਇਹ ਜੀ ਆਪਣਾ ਡੋਗਰ ਸਾਹਿਬ ਤੋਂ ਅਸੀਂ ਕੱਟਾ ਲਿਆ ਸੀਗਾ ਗਿਫਟ, ਇੱਕ ਡੋਗਰ ਸਾਹਿਬ ਨੇ ਸਾਨੂੰ ਦਿੱਤਾ ਸੀਗਾ, ਇਹ ਉਹਦਾ ਅਸੀਂ ਨਾਮ ਰੱਖਿਆ ਸੀਗਾ ਬਾਬਰ, ਬਾਬਰ ਜਿਹੜਾ ਝੋਟਾ ਉਹਦਾ ਇਹ ਬੱਚਾ।
ਆਪ ਸਾਹਿਬ ਇਹ ਵੀ ਫਾਦਰ ਲਾਈਨ ਜਿਹੜੀ ਆ ਡੋਗਰ ਬਲੱਡ ਆ, ਇਹ ਬਾਬਰ ਦਾ ਹੀ ਆ ਜੀ ਇਹ ਵੀ ਪੁੱਤਰ, ਤੇ ਮਾਂ ਇਹਦੀ ਜਿਹੜੀ ਹੈ ਸਾਡੀ ਘਰ ਦੀ ਚੋਟੀ ਆ ਉਹਦਾ ਇਹ ਪੁੱਤਰ ਆ ਕੈਲੀ, ਉਹਦਾ ਬੜਾ ਅੱਛਾ ਮਿਲਕ ਰਿਕਾਰਡ ਆ 20+ ਆ ਉਹਦਾ ਇਹ ਪੁੱਤਰ ਆ, ਇਨਸ਼ਾਅੱਲਾ ਅੱਗੇ ਫਿਊਚਰ ਬਰੀਡਿੰਗ ਕਰਨਗੇ ਆਪਣੇ ਫਾਰਮ ਤੇ। ਉਮਰਾਂ ਸੇਮ ਹੀ ਆ ਤਕਰੀਬਨ 18 ਮਹੀਨੇ ਦੇ। ਇਹ ਆਪਣਾ ਕੱਟੀ ਹੈ ਬਾਦਲ ਦੀ ਤੇ ਬੁੱਚੀ ਮੱਝ ਹੈ ਇਹਦੀ ਮਾਂ ਜਿਹੜੀ ਆ, ਇਹ ਬਾਬਰ 3 ਦੀ ਕੱਟੀ ਹੈ ਜੀ, ਤੇ ਉਧਰੋਂ ਮਾਂ ਵਾਲੀ ਸਾਈਡ ਤੋਂ ਬੁੱਚੀ ਦੀ ਆ, ਇਹ ਨਾਲ ਜਿਹੜਾ ਬਾਬਰ 3 ਦੀ ਇਹ ਬਾਦਲ ਦਾ ਕੱਟਾ ਜੀ, ਤੇ ਨੀਲੋ ਇਹਦੀ ਮਾਂ ਵਾ, ਦੋਵੇਂ ਮਦਰ ਸਾਈਡ ਤੋਂ ਵੀ ਬੜਾ ਅੱਛਾ ਮਿਲਕ ਰਿਕਾਰਡ ਆ, ਤੇ ਫਾਦਰ ਸਾਈਡ ਤੇ ਨੋ ਡਾਊਟ ਹਾਈ ਸਾਹਿਬ ਦੀ ਜਿਹੜੀ ਹੈ ਨੇ ਬੜੀ ਸਟਰੋਂਗ ਬਲੱਡ ਲਾਈਨ ਆ ਪਾਕਿਸਤਾਨ ਦੇ ਅੰਦਰ ਮਿਲਕ ਵਾਈਜ਼ ਵੀ ਤੇ ਬਿਊਟੀ ਵਾਈਜ਼ ਵੀ। ਹਾਂ ਸਾਹਿਬ ਇਹ ਸਾਡੀ ਘਰ ਦੀ ਹੋਮ ਬਰੀਡ ਹੈ ਜੀ, ਗੌਰੀ ਦੀ ਝੋਟਾ ਸ਼ੇਖੂ ਕੇ ਵਟੂਆਂ ਦਾ, ਉਹਦੀ ਇਹ ਧੀ ਹੈ ਮੂੰਹ ਤੋਂ ਇਹ 4 ਦੰਦ ਦਾ, ਇਹ ਪ੍ਰੈਗਨੈਂਟ ਹੈ ਜੀ ਆਪਣਾ ਇਸ ਟਾਈਮ 4 ਮਹੀਨੇ ਦੀ। ਹਾਂਜੀ ਕੱਦ ਮਾਸ਼ਾਅੱਲਾ ਚੰਗਾ ਕਰ ਗਈ ਹੈ, ਮਾਂ ਵੀ ਇਹਦੀ ਬੜੀ ਅੱਛੀ ਮਿਲਕ ਰਿਕਾਰਡ ਆ, ਨੌ ਬਹਾਰ ਇਹਦੀ ਮਾਂ ਦਾ ਨਾਮ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਨਹੀਂ ਨਹੀਂ ਬੰਨੀ ਤੂੰ ਜਾ ਨਾ ਫਿਰ ਆਪ ਸਾਹਿਬ, ਇਹ ਵੀ ਆਪਣਾ ਸਾਡੇ ਘਰ ਦੀ ਹੋਮ ਬਰੀਡ ਆ, ਇੱਕ ਨੀਲੀ ਤੋਂ ਝੋਟਾ ਆਪਣਾ ਇੱਕ ਦੋਸਤ ਤੋਂ ਆਇਆ ਸੀਗਾ, ਤੇ ਸਾਡੀ ਹਿਰਨੀ ਮੱਝ ਆ ਬੜੀ ਅੱਛੀ ਰੱਤੀ ਕੈਲੀ, ਉਹ ਵੀ ਤੁਹਾਨੂੰ ਵੀਡੀਓ ਆਪਣਾ ਅੱਗੇ ਦੱਸ ਦੇ ਉਹਦੇ ਬਾਰੇ 'ਚ ਵੀ, ਉਹਦੀ ਇਹ ਧੀ ਆ, ਇਹ ਵੀ ਆਪਣਾ ਪ੍ਰੈਗਨੈਂਟ ਆ ਮੂੰਹ ਤੋਂ ਇਹ 4 ਦੰਦ ਦਾ ਇਸ ਟਾਈਮ ਆ ਖੋਲ। ਆਪ ਸਾਹਿਬ ਇਹ ਸਾਡੀ ਇਹ ਵੀ ਹੋਮ ਬਰੀਡ ਆ, ਇਹ ਆਪਣਾ ਸਾਡੀ ਇੱਕ ਚਮਨ ਮੱਝ ਆ ਘਰ ਦੀ, ਉਹਦੀ ਧੀ ਆ, ਬੜੀ ਅੱਛਾ ਉਹਦਾ ਮਿਲਕ ਰਿਕਾਰਡ ਆ ਚਮਨ ਦਾ, ਤੇ ਇਹ ਪ੍ਰੈਗਨੈਂਟ ਆ 3 ਮਹੀਨੇ ਦੀ, ਇਹਦੀ ਇਹ ਮੇਰਾ ਖਿਆਲ 22-23 ਸਾਲ ਹੋਣੀ ਆ, ਮਹੀਨੇ ਇਹਦੀ ਆ, ਤੇ ਮਾਸ਼ਾਅੱਲਾ ਇਹ 2.5 ਮਹੀਨੇ ਦੀ ਕਨਫਰਮ ਆ ਚੈੱਕ ਡਾਕਟਰ ਸਾਹਿਬ ਤੋਂ, ਪ੍ਰੈਗਨੈਂਟ ਆ ਜੀ ਇਹ ਵੀ ਝੋਟੀ, ਮੂੰਹ 'ਚ ਇਹ ਖੀਰੀ ਆ, ਤੇ ਇਨਸ਼ਾਅੱਲਾ ਅੱਛਾ ਪਰਫਾਰਮ ਕਰੇਗੀ ਲੈਕਟੇਸ਼ਨ 'ਚ ਆ ਕੇ, ਫਸਟ ਲੈਕਟੇਸ਼ਨ 'ਚ।